यूपी तो रामपुरों रैली तो कह दो कितनी देर टाइम तो है अच्छा नो हो गया घट्टो घट 20 मिनट आए नु नहीं नहीं पूरे मतलब जद तो सानू 8 दिन हो गए ने 8 दिन तो उससे पहले ਉਦੋਂ ਪਹਿਲਾਂ ਘਰ ਆਇਆ ਦੇਖ ਚੱਕਰ ਪਹਿਲਾਂ ਮਾਰ ਗਿਆ ਕਿਵੇਂ ਲੱਗੇ ਰੈਲੀ ਦਾ ਕੀ ਹਿਸਾਬ ਰੈਲੀ ਤਾਂ ਲੱਗਣੀ ਲੱਗਣੀ ਆ ਉਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿਵੇਂ ਦੀ ਰੈਲੀ ਲੱਗੀ ਆ ਇੰਨੇ ਟਰੈਕਟਰ ਕਦੀ ਵੀ ਜ਼ਿੰਦਗੀ ਚ ਨਾ ਸਰਕਾਰ ਨੇ ਦੇਖੇ ਹੋਣੇ ਨਾ ਸਰਕਾਰ ਨੇ ਵੇਖੇ ਹੋਣੇ ਨੇ ਤੇ ਨਾ ਕਿਸੇ ਅੱਜ ਤੱਕ ਕਿਸੇ ਪਬਲਿਕ ਨੇ ਵੇਖੇ ਲਗਭਗ ਕਿੰਨੇ ਟਰੈਕਟਰ ਹੋਣੇ ਤੁਹਾਡੇ ਸਾਹਮਣੇ 500 ਦੇ ਆਸ-ਪਾਸ 500 ਦੇ ਸਾਹਮਣੇ ਤੇ ਸਿਰੇ ਕਿੰਨੇ ਵਜੇ ਸ਼ੁਰੂ ਹੋਈ ਸੀ ਰੈਲੀ ਸਵੇਰੇ ਕਰੀਬਨ 10 10:30 ਵਜੇ ਆਸ-ਪਾਸ ਤੇ ਹੁਣ ਤਕਰੀਬਨ ਸਾਰੇ ਟਰੈਕਟਰ ਆ ਚੁੱਕੇ ਹੱਲੇ ਵੀ ਹਾਲੇ ਆ ਰਹੇ ਨੇ ਉਹ ਦੇਖੋ ਤੁਹਾਡੇ ਸਾਹਮਣੇ ਮੈਂ ਕੈਮਰਾਮੈਨ ਦਿਖਾਵਾ ਚਾਹਾਂਗਾ ਹੱਲੇ ਵੀ ਜ਼ੂਮ ਕਰਕੇ ਥੋੜਾ ਜਿਹਾ ਦਿਖਾਏ ਉੱਥੇ ਵੀ 26 ਤਰੀਕ ਦਾ ਕੀ ਹਿਸਾਬ ਕਿਤਾਬ ਹੈ ਕਿ 26 ਤਰੀਕ ਤੋਂ ਪਹਿਲੋ ਅਗਰ ਸਰਕਾਰ ਨਹੀਂ ਮੰਨਦੀ ਅਗਰ 26 ਤਰੀਕ ਤੋਂ ਪਹਿਲੋ ਮੰਨ ਜਾਂਦੀ ਹੈ ਤਾਂ ਠੀਕ ਹੈ ਅਗਰ ਜੇ 26 ਤਰੀਕ ਤੱਕ ਨਹੀਂ ਮੰਨਦੀ ਤਾਂ ਫਿਰ ਸਾਡੀ ਤਿਰੰਗੇ ਲਾ ਕੇ ਪੂਰੀ ਟਰੈਕਟਰ ਦੀ ਰੈਲੀ ਪੂਰੀ ਚਾਰ ਚਾਰ ਮਤਲਬ ਸਾਰੇ ਬਾਰਡਰਾਂ ਤੋਂ ਟਰੈਕਟਰ ਸਟਾਰਟ ਹੋ ਗਏ ਪੂਰੀ ਦਿੱਲੀ ਨੂੰ ਘੇਰਨਾ ਹੈ ਬਾਹਰੋਂ ਪੂਰਾ ਬਾਰਡਰ ਹਾਂ ਹਾਲੇ ਤੱਕ ਜਿੰਨੀ ਮੀਟਿੰਗ ਹੋਈ ਹੈ ਕੁਝ ਵੀ ਕੋਈ ਸਲਾਹ ਕੁਝ ਹੋਇਆ ਹੋ ਨਹੀਂ ਪਾਇਆ ਤੇ 8 ਤਰੀਕ ਦਾ ਕੁਝ ਹੈਗਾ ਬਈ 8 ਤਰੀਕ ਦਾ ਹੁਣ ਕੱਲ ਨੂੰ ਕਹਿ ਰਹੇ ਨੇ ਬਈ 8 ਤਰੀਕ ਹੈ ਮੈਨੂੰ ਸਾਨੂੰ ਉਮੀਦ ਨਹੀਂ ਹੈ ਮੰਨੇ ਕਿਉਂਕਿ ਐਵੇਂ ਦਾ ਕੀ ਉਹ ਤਿੰਨਾ ਕਾਨੂੰਨਾਂ ਦੇ ਵਿੱਚ ਜਿਹੜਾ ਕੋ ਮੰਨ ਕਿਉਂ ਨਹੀਂ ਰਿਹਾ ਹੈ ਜੇਕਰ 8 ਤੋਂ ਬਾਅਦ ਵੀ ਅੱਗੇ ਕੋਈ ਤਰੀਕ ਮਿਲ ਗਈ ਫਿਰ ਕੋਈ ਫਿਰ ਕੋਈ ਤਰੀਕ ਹੀ ਫਿਰ 26 ਤਰੀਕ ਹੈ ਸਾਡੀ ਫਿਰ ਕਿਸਾਨਾਂ ਦੀ 26 ਤਰੀਕ ਹੈ
यूपी तो हरामपुरों रैली तो इधर कितनी देर टाइम तो आएगा अच्छा नौ हो गया घट्टो घट्ट 20 मिनट आए नु नहीं नहीं पूरे मतलब जद तो सानू 8 दिन हो गए ने 8 दिन तो उससे पहले ਉਦੋਂ ਪਹਿਲਾਂ ਘਰ ਆਇਆ ਦੇਖ ਚੱਕਰ ਪਹਿਲਾਂ ਮਾਰ ਗਿਆ ਕਿਵੇਂ ਲੱਗੇ ਰੈਲੀ ਦਾ ਕੀ ਹਿਸਾਬ ਰੈਲੀ ਤਾਂ ਲੱਗਣੀ ਲੱਗਣੀ ਆ ਉਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿਵੇਂ ਦੀ ਰੈਲੀ ਲੱਗੀ ਹੈ ਇੰਨੇ ਟਰੈਕਟਰ ਕਦੇ ਵੀ ਜ਼ਿੰਦਗੀ 'ਚ ਨਾ ਸਰਕਾਰ ਨੇ ਦੇਖੇ ਹੋਣੇ ਨਾ ਸਰਕਾਰ ਨੇ ਵੇਖੇ ਹੋਣੇ ਨੇ ਤੇ ਨਾ ਕਿਸੇ ਆਜ ਤੱਕ ਕਿਸੇ ਪਬਲਿਕ ਨੇ ਵੇਖੇ ਲਗਭਗ ਕਿੰਨੇ ਟਰੈਕਟਰ ਹੋਣੇ ਤੁਹਾਡੇ ਸਾਹਮਣੇ 500 ਦੇ ਆਸ-ਪਾਸ 500 ਦੇ ਸਾਹਮਣੇ ਤੇ ਸਿੱਧੇ ਕਿੰਨੇ ਵਜੇ ਸ਼ੁਰੂ ਹੋਈ ਸੀ ਰੈਲੀ ਸਵੇਰੇ ਕਰੀਬਨ 10 10:30 ਵਜੇ ਆਸ-ਪਾਸ ਹੁਣ ਤਕਰੀਬਨ ਸਾਰੇ ਟਰੈਕਟਰ ਆ ਚੁੱਕੇ ਹੱਲੇ ਵੀ ਹੱਲੇ ਆ ਰਹੇ ਨੇ ਉਹ ਦੇਖੋ ਤੁਹਾਡੇ ਸਾਹਮਣੇ ਮੈਂ ਕੈਮਰਾਮੈਨ ਦਿਖਾਵਾਂ ਚਾਹਾਂਗਾ ਹੱਲੇ ਵੀ ਜ਼ੂਮ ਕਰਕੇ ਥੋੜਾ ਜਿਹਾ ਦਿਖਾਇਓ ਉੱਥੇ ਵੀ 26 ਤਰੀਕ ਦਾ ਕੀ ਹਿਸਾਬ ਕਿਤਾਬ ਹੈ ਕਿ 26 ਤਰੀਕ ਤੋਂ ਪਹਿਲੋ ਅਗਰ ਸਰਕਾਰ ਨਹੀਂ ਮੰਨਦੀ ਅਗਰ 26 ਤਰੀਕ ਤੋਂ ਪਹਿਲੋ ਮੰਨ ਜਾਂਦੀ ਹੈ ਤਾਂ ਠੀਕ ਹੈ ਅਗਰ ਜੇ 26 ਤਰੀਕ ਤੱਕ ਨਹੀਂ ਮੰਨਦੀ ਤਾਂ ਫਿਰ ਸਾਡੀ ਤਿਰੰਗੇ ਲਾ ਕੇ ਪੂਰੀ ਟਰੈਕਟਰ ਦੀ ਰੈਲੀ ਪੂਰੀ ਚਾਰ ਚਾਰ ਮਤਲਬ ਸਾਰੇ ਬਾਰਡਰਾਂ ਤੋਂ ਟਰੈਕਟਰ ਸਟਾਰਟ ਹੋ ਗਏ ਪੂਰੀ ਦਿੱਲੀ ਨੂੰ ਘੇਰਨਾ ਬਾਹਰੋਂ ਪੂਰਾ ਬਾਰਡਰ ਹਾਂ ਹਾਲੇ ਤੱਕ ਜਿੰਨੀ ਮੀਟਿੰਗ ਹੋਈ ਹੈ ਕੁਝ ਵੀ ਕੋਈ ਸਲਾਹਤ ਕੁਝ ਹੋਇਆ ਹੋ ਨਹੀਂ ਪਾਇਆ ਤੇ 8 ਤਰੀਕ ਦਾ ਕੁਝ ਹੈਗਾ ਬਈ 8 ਤਰੀਕ ਦਾ ਹੁਣ ਕੱਲ ਨੂੰ ਕਹਿ ਰਹੇ ਨੇ ਬਈ 8 ਤਰੀਕ ਹੈ ਮੈਨੂੰ ਸਾਨੂੰ ਉਮੀਦ ਨਹੀਂ ਹੈ ਮੰਨੇ ਕਿਉਂਕਿ ਐਵੇਂ ਦਾ ਕੀ ਉਹ ਤਿੰਨਾ ਕਾਨੂੰਨਾਂ ਦੇ ਵਿੱਚ ਜਿਹੜਾ ਕੋਈ ਮੰਨ ਕਿਉਂ ਨਹੀਂ ਰਿਹਾ ਹੈ ਜੇਕਰ 8 ਤੋਂ ਬਾਅਦ ਵੀ ਅੱਗੇ ਕੋਈ ਤਰੀਕ ਮਿਲ ਗਈ ਫਿਰ ਕੋਈ ਤਰੀਕ ਨਹੀਂ ਫਿਰ 26 ਤਰੀਕ ਹੈ ਸਾਡੀ ਫਿਰ ਕਿਸਾਨਾਂ ਦੀ 26 ਤਰੀਕ ਹੈ
ਸਿੰਘ ਕਿੱਧਰੋਂ ਆਇਓ ਯੂਪੀ ਤੋਂ ਹਰਾਮਪੁਰੋਂ ਤੁਸੀਂ ਰੈਲੀ ਤੋਂ ਕਿੱਧਰ ਕਿੰਨੀ ਦੇਰ ਟਾਈਮ ਤੇ ਆਇਓ ਤੁਸੀਂ ਸਾਨੂੰ ਹੋ ਗਿਆ ਘੱਟੋ ਘੱਟ 20 ਮਿੰਟ ਆਇਆ ਨੂੰ ਨਹੀਂ ਨਹੀਂ ਪੂਰੇ ਮਤਲਬ ਜਦ ਤੋਂ ਸਾਨੂੰ 8 ਦਿਨ ਹੋ ਗਏ ਨੇ 8 ਦਿਨ ਤੋਂ ਉਸ ਤੋਂ ਪਹਿਲਾਂ ਉਦੋਂ ਪਹਿਲਾਂ ਘਰਿਆਂ ਦੇ ਇੱਕ ਚੱਕਰ ਪਹਿਲੋਂ ਮਾਰ ਗਿਆ ਕਿਵੇਂ ਲੱਗੇ ਰੈਲੀ ਦਾ ਕੀ ਹਿਸਾਬ ਰੈਲੀ ਤਾਂ ਲੱਗਣੀ ਲੱਗਣੀ ਆ ਉਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਨੂੰ ਪਤਾ ਲੱਗਣਾ ਚਾਹੀਦਾ ਕਿਵੇਂ ਦੀ ਰੈਲੀ ਲੱਗੀ ਹੈ ਇੰਨੇ ਟਰੈਕਟਰ ਕਦੀ ਵੀ ਜ਼ਿੰਦਗੀ 'ਚ ਨਾ ਸਰਕਾਰ ਨੇ ਦੇਖੇ ਹੋਣੇ ਨਾ ਸਰਕਾਰ ਨੇ ਵੇਖੇ ਹੋਣੇ ਨੇ ਤੇ ਨਾ ਕਿਸੇ ਅੱਜ ਤੱਕ ਕਿਸੇ ਪਬਲਿਕ ਨੇ ਵੇਖੇ ਲਗਭਗ ਕਿੰਨੇ ਟਰੈਕਟਰ ਹੋਣੇ ਤੁਹਾਡੇ ਸਾਹਮਣੇ 500 ਦੇ ਆਸ-ਪਾਸ 500 ਦੇ ਸਾਹਮਣੇ ਤੇ ਸਿੱਧੇ ਕਿੰਨੇ ਵਜੇ ਸ਼ੁਰੂ ਹੋਈ ਸੀ ਰੈਲੀ ਸਵੇਰੇ ਕਰੀਬਨ 10 10:30 ਵਜੇ ਆਸ-ਪਾਸ ਹੁਣ ਤਕਰੀਬਨ ਸਾਰੇ ਟਰੈਕਟਰ ਆ ਚੁੱਕੇ ਹਲੇ ਆ ਰਹੇ ਨੇ ਉਹ ਦੇਖੋ ਤੁਹਾਡੇ ਸਾਹਮਣੇ ਮੈਂ ਕੈਮਰਾਮੈਨ ਦਿਖਾਵਾ ਚਾਹਾਂਗਾ ਹਲੇ ਵੀ ਜ਼ੂਮ ਕਰਕੇ ਥੋੜਾ ਜਿਹਾ ਦਿਖਾਇਓ ਉੱਥੇ ਵੀ 26 ਤਰੀਕ ਦਾ ਕੀ ਹਿਸਾਬ ਕਿਤਾਬ ਹੈ ਕਿ 26 ਤਰੀਕ ਤੋਂ ਪਹਿਲੋਂ ਅਗਰ ਸਰਕਾਰ ਨਹੀਂ ਮੰਨਦੀ ਅਗਰ 26 ਤਰੀਕ ਤੋਂ ਪਹਿਲੋਂ ਮੰਨ ਜਾਂਦੀ ਹੈ ਤਾਂ ਠੀਕ ਹੈ ਅਗਰ ਜੇ 26 ਤਰੀਕ ਤੱਕ ਨਹੀਂ ਮੰਨਦੀ ਤਾਂ ਫਿਰ ਸਾਡੀ ਤਿਰੰਗੇ ਲਾ ਕੇ ਪੂਰੀ ਟਰੈਕਟਰ ਦੀ ਰੈਲੀ ਪੂਰੀ ਚਾਰ ਚਾਰ ਮਤਲਬ ਸਾਰੇ ਬਾਰਡਰਾਂ ਤੋਂ ਟਰੈਕਟਰ ਸਟਾਰਟ ਹੋ ਗਏ ਪੂਰੀ ਦਿੱਲੀ ਨੂੰ ਘੇਰਨਾ ਬਾਹਰੋਂ ਪੂਰਾ ਬਾਰਡਰ ਹਾਂ ਹਲੇ ਤੱਕ ਜਿੰਨੀ ਮੀਟਿੰਗ ਹੋਈ ਹੈ ਕੁਝ ਵੀ ਕੋਈ ਸਲਾਹ ਕੁਝ ਹੋਇਆ ਹੋ ਨਹੀਂ ਪਾਇਆ ਤੇ 8 ਤਰੀਕ ਦਾ ਕੁਝ ਹੈਗਾ ਬਈ 8 ਤਰੀਕ ਦਾ ਹੁਣ ਕੱਲ ਨੂੰ ਕਹਿ ਰਹੇ ਨੇ ਬਈ 8 ਤਰੀਕ ਹੈ ਮੈਨੂੰ ਸਾਨੂੰ ਉਮੀਦ ਨਹੀਂ ਹੈ ਮੰਨੇ ਕਿਉਂਕਿ ਐਵੇਂ ਦਾ ਕੀ ਉਹ ਤਿੰਨਾ ਕਾਨੂੰਨਾਂ ਦੇ ਵਿੱਚ ਜਿਹੜਾ ਕੋ ਮੰਨ ਕਿਉਂ ਨਹੀਂ ਰਿਹਾ ਹੈ ਜੇਕਰ 8 ਤੋਂ ਬਾਅਦ ਵੀ ਅੱਗੇ ਕੋਈ ਤਰੀਕ ਮਿਲ ਗਈ ਫਿਰ ਕੋਈ ਤਰੀਕ ਫਿਰ 26 ਤਰੀਕ ਹੈ ਸਾਡੀ ਫਿਰ ਕਿਸਾਨਾਂ ਦੀ 26 ਤਰੀਕ ਹੈ ਲਾਈਵ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੇ ਕਿੰਨੇ ਟਰੈਕਟਰ ਨੇ ਕਿੰਨੇ ਸਾਰੇ ਟਰੈਕਟਰ ਇੱਥੇ ਲੱਗੇ ਹੋਏ ਨੇ ਲਗਾਤਾਰ ਗੱਡੀਆਂ ਦਾ ਕਾਫਿਲਾ ਕਿਸਾਨੀ ਚੰਡੇ ਕੇਸਰੀ ਚੰਡੇ ਨਿਸ਼ਾਨ ਸਾਹਿਬ ਲਗਾਤਾਰ ਸਟੀਕਰ ਹਰ ਪਾਸੇ ਇਹਨਾਂ ਟਰੈਕਟਰ ਟਰੈਲੀਆਂ ਦਾ ਕਾਫਿਲਾ ਕਿੱਡਾ ਵੱਡਾ ਕਾਫਿਲਾ ਹਾਂਜੀ ਭਾਅ ਜੀ ਕਿੱਥੋਂ ਆਇਓ ਤਰਨਤਾਰਨ ਸਾਹਿਬ ਜੀ ਐਡੇ ਵੱਡੇ ਵੱਡੇ ਟਰੈਕਟਰ ਸੋਹਣੇ ਸੋਹਣੇ ਵਧੀਆ ਸਜਾਏ ਹੋਏ ਤਿਆਰ ਕੀਤੇ ਹੋਏ ਸਿਸਟਮ ਲਾ ਕੇ ਮਿਊਜ਼ਿਕ ਲਾ ਕੇ ਟਰੈਕਟਰ ਰੈਲੀ ਦਾ ਲਾਈਵ ਕਾਫਲਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਿੰਘੂ ਬਾਰਡਰ ਤੋਂ ਨੋ ਫਾਰਮ ਨੋ ਫੂਡ ਜੈਕਟ ਆ ਇਹਨਾਂ ਵੀਰਾਂ ਨੇ ਪਾਈ ਹੋਈ ਆ ਅਲੱਗ ਅਲੱਗ ਜਥੇਬੰਦੀਆਂ ਕਿਸਾਨ ਆਗੂ ਤੁਹਾਡੇ ਤੱਕ ਤਸਵੀਰਾਂ ਪਹੁੰਚਾ ਰਹੇ ਹਾਂ ਟਰੈਕਟਰ ਹੀ ਟਰੈਕਟਰ ਹਰ ਪਾਸੇ ਤੁਹਾਨੂੰ ਟਰੈਕਟਰ ਇੱਥੇ ਦਿਖਾਈ ਦੇਣਗੇ ਟਰੈਕਟਰ ਟਰੈਲੀਆਂ ਦਾ ਕਾਫਲਾ ਇੱਥੇ ਤੁਹਾਨੂੰ ਦਿਖਾਈ ਦੇਗਾ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਲੋਕ ਇੱਥੇ ਮੌਜੂਦ ਨੇ ਟਰੈਕਟਰ ਰੈਲੀਆਂ ਦੇ ਵਿੱਚ ਲੋਕ ਆਏ ਹੋਏ ਨੇ ਲਗਾਤਾਰ ਜੁੜੇ ਹੋਏ ਨੇ ਇਹ ਸਾਰੇ ਕਬੱਡੀ ਪਲੇਅਰ ਹੈ ਜੀ ਕੰਦੇ ਹਾਂਜੀ ਹਾਂਜੀ ਬਲਦੇਵ ਸਿੰਘ ਸਿਰਸਾ ਵੀ ਇੱਥੇ ਮੌਜੂਦ ਨੇ ਸਾਰੇ ਕਬੱਡੀ ਪਲੇਅਰ ਨੇ ਲਗਾਤਾਰ ਤੁਹਾਨੂੰ ਜੋੜਨਾ ਚਾਹਾਂਗਾ ਜੀ ਬਿਲਕੁਲ ਜੀ ਬਲਦੇਵ ਸਿੰਘ ਸਿਰਸਾ ਮੌਜੂਦ ਨੇ ਲਾਈਵ ਤੁਸੀਂ ਜੁੜੇ ਹੋਏ ਹੋ ਕੀ ਕਹਿਣਾ ਚਾਹੋਗੇ ਜੀ ਦੇਖੋ ਅੱਜ ਅਸੀਂ ਕੇਂਦਰ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ 26 ਜਨਵਰੀ ਦਾ ਗਣਤੰਤਰ ਦਿਵਸ ਆ ਰਿਹਾ ਉਸ ਨੂੰ ਸਮਰਪਣ ਜਿਹੜੀ ਉੱਥੇ ਟਰੈਕਟਰ ਪਰੇਡ ਹੋਣੀ ਆ ਇਹ ਇੱਕ ਰਹਿਸਲ ਹੋ ਰਹੀ ਆ ਰਹਿਸਲ ਕਿਸ ਤਰ੍ਹਾਂ ਦੀ ਹੋ ਰਹੀ ਆ ਕਿਸ ਤਰ੍ਹਾਂ ਦਾ ਨਜ਼ਾਰਾ ਅੱਜ ਕਿਸ ਤਰ੍ਹਾਂ ਕਿਸਾਨ ਇਹ ਪੂਰੇ ਭਾਰਤ ਦੇ ਕਿਸਾਨ ਜਿਹੜੇ ਕਹਿੰਦੇ ਸੀ ਕੇਵਲ ਇਹ ਪੂਰੇ ਭਾਰਤ ਦੇ ਕਿਸਾਨ ਇਹ ਹੁਣ ਜਿਹੜਾ ਸਰਕਾਰ ਨੂੰ ਵੇਖ ਲੈਣਾ ਚਾਹੀਦਾ ਤੇ ਫਿਰ 26 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਜਿਹੜਾ ਕਿਸਾਨ ਆ ਉਹ ਇਸੇ ਤਰ੍ਹਾਂ ਚੱਲੂ
जिवें अज चल रहा किसान मजदूर एकता जी। बिल्कुल किसान मजदूर एकता के नारे लागे पए ने, जिंदाबाद के नारे। कबड्डी के प्लेयर कहड़े ने, कबड्डी के प्लेयर इतने आए हुए ने इतने, कहते जी कबड्डी के प्लेयर भी कबड्डी के कहे वीर आए हुए ने, कबड्डी वाले वीर कहे ने। हाँ जी अच्छा आ रहे ने, कहते जी हाँ जी हाँ जी हाँ जी हाँ जी, कबड्डी वाले कहे ने। हाँ जी मनजोत सिंह माछीवाड़ा, बिल्कुल ठीक ठाक है, पर चढ़दी कला, चढ़दी कला जी। हाँ जी हाँ जी, पहले दिन तो आप जुड़े संघर्ष के नाल जुड़े, अपने भरा सारे आने कबड्डी वाले भरा, इन्हना जी भरा, तो आप ट्रेलर दिखा रहे हैं, अजय फिल्म बाकी आ जी, कहते अजय ट्रेलर है, असली फिल्म अजय बाकी है, लगातार तस्वीर तुम दिखा रहे हैं किसान मोर्चे दियाँ ट्रैक्टर ट्राली दियाँ, तुम देखोगे किस तरीके तस्वीर अजय चल दियाँ पई हैं और लगातार इतने तुम देखोगे। हाँ जी हाँ जी हाँ जी आओ जी आओ जी हाँ जी हाँ जी, कौन है जी? टोनी भाजी। हाँ जी हाँ जी टोनी भाजी, हाँ जी की कहना चाहोगे? किसान रैली है, मुझे लगता है कद गुरु साहब ने इना लंबा बख्शे, मैंने इदा करके गल करनी पै रही, की कहोगे? हाँ भाई यही गल, अपने काम भी बड़े, काफले भी बड़े, कद भी बड़े भाई। हाँ भाई हाइट कितनी होनी है? मेरी 6'5" है भाई। 6'5" क्या बात है। हाँ भाई कहना चाहोगे? लगातार ट्रैक्टर ट्रालिया का, मैं अपनी जिंदगी चने ट्रैक्टर कभी नहीं देखे, मैं जो रिपोर्टिंग कर रहे हैं पंजाब सारा, कहने उमड़ के लग जाते हैं भाई। हजे तो यह तीजा हिस्सा आ, दो हिस्से ट्रैक्टर अंदर ही खड़े आ। हाँ ये देखा ट्रेलर आ 26 जनवरी का, ठीक है कि नहीं? ये सरकार सुती पई है, सुता किसान नहीं सुता, सरकार सुती उन्होंने जगाउन वास्ते अज यह एक संकेतक जिहड़ा मार्च कढ़िया गया जी। हाँ भाई बहुत धन्यवाद करते हैं, लगातार ट्रैक्टर ट्रालिया का काफिला तुम देखो किस तरीके, किस तरीके तुम देखो किन्ने ज्यादा वड्डी तादाद दे विच लोग जुड़े हुए ने, ट्रैक्टर ट्रालिया का काफिला, एडा वड्डा काफिला, इस दे नाल असीं तुहानूं जोड़दे पए आ, इह लाइव तस्वीरां तुहाडे तक पहुँचा रहे हैं, ताड़े तक लाइव तस्वीर दिखाई जा रही है, सीधियां तस्वीर, ट्रैक्टर ट्रालिया का काफिला, हर पासे शोरगुल, किसान अज मोर्चा फतेह करन दे फिराक दे विच आए आ, इन्ने ट्रैक्टर ट्रालिया, इन्ने ट्रैक्टर सारे ट्रालिया सारे छड आए ने, ट्रैक्टर ही ट्रैक्टर खड़े ने, हर पासे गीतां दी फुहार इत्थे देखण नूं मिल रही है, इन्ने सारे ट्रैक्टर इत्थे मौजूद ने, अज जिस तरीके परेड कढ़ना चाह रहे ने, मैनूं लगदा है कि हुण जे कोई माड़ी मोटी सुती रह गई होएगी, जे कोई जमीर वह भी जाग जाएगी इन्हें ट्रैक्टर ट्रालिया के काफिले नू देख के, ताडे सामने असी तस्वीर पहुँचा रहे हैं, ट्रैक्टर ट्रालिया का किड्डा वड्डा काफिला तुसी इत्थे देख रहे हो, लाइव ताडे तक तस्वीर पहुँचा रहे, इस तरीके जोड़ते रहोंगे, वेखते रहो अकाल चैनल, ठीक है जी। लगातार किसान अंदोलन का जो तुहानू एक रैली जो अज मार्च कढ़िया जाना सीगा ट्रैक्टर दी, उहदे नाल जोड़े ट्रैक्टर ते ही बैठे हुए हैं वीर, सानू लिफ्ट दे रहे ने, अगे पिछे मेरा वीर जरा दिखा दो, जरा आलम की है, ए के एम पी ते चढ़ गए आ जी, चढ़ गए आ जी, ए तुर गए, ला दो जकारे जरा इक वार, चढ़ गए, चढ़ाई है के एम पी दी, दिखा दो मेरा कैमरामैन वीर कित्थे खड़े कित्थे, आपां ए के एम पी दी जरा फ्लाईओवर है, चढ़ गए मेरा वीर, जे कहते रोकने हैं सारे बैरीकेड बुरकेड पट पुट के अगे आ गए ने, लगातार लाइव दिखा रहे हैं ट्रैक्टर का काफिला, ट्रैक्टर की रैली, ट्रैक्टर का काफिला तुहाडे तक असीं पहुँचा रहे हैं। वीर किधर आए हो? नवा शहर तो। अच्छा चमकौर साहब एरिया आप जी? चमकौर साहब जी, नवा शहर एरिया जी, नवा शहर जी, चमकौर साहब भाजी, माहौल पूरा एन मगया हो, गर्म हुआ पूरा, ट्रैक्टर थोड़ा जा माहौल पूरा कहते गर्म है, ट्रैक्टर से बैठे हुए हैं, ट्रैक्टर तो ही पिछे खड़ के रिपोर्टिंग कर रहे हैं, अकाल चरण टीम तुम लगातार जोड़ रहे हैं भाजी, फिर की लगता फिर अभी ट्रैक्टर रैली की सुनेहा दे? रैली 26 जनवरी का है, देश वालों प्यो तो पहला पहला जो फैसला कर देंगे मोदी साहब टंगा तो ठीक है, नहीं तो फिर अगे बद के फिर और इन्ना तगड़ा संघर्ष करा। चलो जी ए जरा दिखा दो जरा सामने चढ़ाई जी है के एम पी दी, चढ़न लगे हैं पिछे ट्रैक्टर का बड़ा वड्डा काफिला जरा है आ रहा है, तुसी देखोगे तस्वीर के एम पी दियां लाइव तस्वीर तुहानू असीं दिखा रहे हैं, किस तरीके वख वख थावां तो लोग जो आए हुए ने, ट्रैक्टर रैली जो कढ़ी जा रही है, ट्रैक्टर रैली का काफिला तुहानू असीं दिखा रहे हैं, यह देखो किस तरीके ट्रैक्टर जा रहे हैं, के एम पी ते चढ़ गए ने, चढ़ाई चढ़ ली है, सामने ही टोल इलाका हैगा, तो भाई जी टोल टाल ते नहीं लगू अज? ना जी टोल नहीं लगन देंदे,
ਟੋਲ ਤਾਂ 4 ਮਹੀਨਿਆਂ ਦੇ ਬੰਦ ਕੀਤੇ ਹੋਏ ਆ ਇਹ ਕਿੱਦਾਂ ਲੱਗ ਜੂਗੇ ਜੀ ਟੋਲ ਨਹੀਂ ਅੱਜ ਲੱਗਣ ਦਿੰਦੇ ਹੈ ਅੱਜ ਤੇ ਫਿਰ ਕਹਿੰਦੇ ਟੋਲ ਲਾ ਦੇਣਾ ਹੈ ਕਿ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਟੋਲ ਨੂੰ ਲਾ ਦੇਣਾ ਟੋਲ ਆਪਾਂ ਅੱਜ ਕਹਿੰਦੇ ਉਹ ਦੇਖੋ ਜੀ ਕੇਐਮਪੀ ਦੇ ਟਰੈਕਟਰ ਟਰਾਲੀਆਂ ਦਾ ਕਾਫਲਾ ਐ ਇੱਕ ਟਰੈਕਟਰ ਤੇ ਹੀ ਬੈਠੇ ਆ ਮੇਰਾ ਵੀਰ ਦਿਖਾ ਦਿਓ ਜਰਾ ਟਰੈਕਟਰ ਦਿਖਾ ਦਿਓ ਜਰਾ ਮੇਰੇ ਵੀਰ ਦਾ ਟਰੈਕਟਰ ਤੇ ਜਿਹਦੇ ਤੇ ਬੈਠੇ ਆ ਔਰ ਟਰੈਕਟਰ ਰੈਲੀ ਹੈਗੀ ਹੈ ਤੇ ਟਰੈਕਟਰ ਤੋਂ ਹੀ ਅਸੀਂ ਤੁਹਾਨੂੰ ਰਿਪੋਰਟਿੰਗ ਕਰ ਰਹੇ ਆ ਕਿਸਾਨੀ ਦੇ ਝੰਡੇ ਲਾ ਕੇ ਪੰਜਾਬੀ ਸਾਡੇ ਚੱਲੇ ਨੇ ਆਪਣੇ ਹੱਕ ਲੈਣ ਵਾਸਤੇ ਇੱਕ ਟਰੈਕਟਰ ਤੇ ਬੈਠ ਕੇ ਤੁਹਾਨੂੰ ਲਾਈ ਤਸਵੀਰਾਂ ਦਿਖਾ ਰਹੇ ਆ ਵੀਰ ਜੀ ਕੀ ਕਹਿਣਾ ਫਿਰ ਵੀਰੇ ਇਹ ਮਾਰਚ ਬਹੁਤ ਲੰਬਾ ਆ ਤੇ ਇਹ ਅੱਜ ਮਤਲਬ 2-3 ਘੰਟੇ ਲੱਗੂਗੇ ਆਪਾਂ ਨੂੰ ਵਾਪਸ ਆਉਣ ਨੂੰ ਵੀ ਤੇ ਹੋਰ ਹੋਪਫੁਲੀ ਹੁਣ ਆਪਾਂ 26 ਤਰੀਕ ਨੂੰ ਜਾਵਾਂਗੇ ਆਪਾਂ ਦਿੱਲੀ ਕੂਚ ਕਰਨਾ ਆ ਉਦੋਂ ਇਹ ਤੋਂ ਵੀ ਡਬਲ ਕਰਕੇ ਲੈ ਕੇ ਜਾਵਾਂਗੇ ਮਾਰਚ ਜ਼ਿੰਦਾਬਾਦ ਦੇ ਨਾਰੇ ਹਰ ਪਾਸੇ ਲੱਗਦੇ ਪਏ ਆ ਕਹਿੰਦੇ 26 ਤਰੀਕ ਦੀ ਰਿਹਰਸਲ ਹੈਗੀ ਆ ਰਿਹਰਸਲ ਆ ਕਹਿੰਦੇ ਟ੍ਰੈਲ ਇੱਕ ਟ੍ਰੈਲ ਤੇ ਜੀ ਅਸਲੀਅਤ ਉਹ 26 ਤਰੀਕ ਨੂੰ ਦਿਖਾਈ ਜਾਵੇਗੀ ਕਿ ਕਿੰਨੇ ਕੁ ਦਮ ਚ ਆ ਪੰਜਾਬੀ ਹੁਣ ਤੇ ਜਿਹੜੀ ਆ ਪੋਲਿਟਿਕਸ ਵਾਲੇ ਬੰਦੇ ਘੁੰਮਦੇ ਆ ਨਾ ਇਹ ਤੇ ਇਹਨਾਂ ਦੇ ਦੁਆਲੇ ਵੀ ਹੁਣ ਜੁੱਤੀ ਚੱਕਣ ਦਾ ਟਾਈਮ ਆ ਗਿਆ ਜੀ ਭਾਈ 2-3 ਦਿਨਾਂ ਤੋਂ ਵੀਡੀਓ ਬੜੀ ਵਾਇਰਲ ਕਰਦੇ ਪਏ ਆਈਟੀ ਸੈੱਲ ਵਾਲੇ ਜੀ ਧਰਨਾ ਮੁੱਕ ਗਿਆ ਕਿਸਾਨਾਂ ਦੀ ਸ਼ਰਤਾਂ 2 ਮੰਨ ਲਈਆਂ ਇੱਥੇ ਕੋਈ ਨਹੀਂ ਹੈਗਾ ਰਾਜਨੀਤੀ ਹੋ ਰਹੀ ਹੈ ਵੇਖੀ ਤਾਂ ਵੀਡੀਓ ਮੈਂ ਵੀਡੀਓ ਤਾਂ ਦੇਖੀ ਨਹੀਂ ਪਰ ਇਹ ਗੋਦੀ ਮੀਡੀਆ ਹੀ ਆ ਇਹ ਗੋਦੀ ਮੀਡੀਆ ਸਾਰਾ ਜੀ ਇਹ ਕਰੀ ਜਾਂਦਾ ਆ ਤੇ ਇਹਨੂੰ ਤੁਸੀਂ ਇਗਨੋਰ ਮਾਰ ਕੇ ਆਪਣਾ ਧਰਨਾ ਪੂਰਾ ਐਨ ਜੋਰਾ ਸ਼ੋਰਾਂ ਤੇ ਰੱਖੋ ਤੇ ਕੋਈ ਧਰਨਾ ਜੋਰਾ ਸ਼ੋਰ ਦਾ ਵੀਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸੰਘਰਸ਼ ਹੋਰ ਤੇਜ਼ ਕਰੂੰਗੇ ਜੇ ਕਾਲੂ ਕਾਲੂ ਕਾਲੇ ਕਾਨੂੰ ਨਾ ਵਸ ਦਿੱਤੇ ਇਹਨਾਂ ਨੇ ਅੱਜ ਦਿਖਾ ਦੂੰਗੇ ਇਹਨਾਂ ਨੂੰ ਪੂਰਾ ਜ਼ੋਰ ਲਾ ਕੇ ਆਪਣਾ ਬਾਕੀ ਅੱਗੇ ਦੇਖੂਗੇ ਕਾਰਵਾਈ ਕੀ ਬਣਦੀ ਆ ਭਾਜੀ ਟੈਂਕੀ ਟੁੰਕੀ ਫੁੱਲ ਕਰਾ ਲਈ ਸੀ ਭਾਜੀ ਟੈਂਕੀਆਂ ਫੁੱਲ ਰੱਖੀ ਦੀਆਂ ਜਹਾਜ਼ਾਂ ਦੀਆਂ ਅਸੀਂ ਕਹਿੰਦੇ ਜਹਾਜ਼ਾਂ ਦੀ ਟੈਂਕੀਆਂ ਫੁੱਲ ਰੱਖੀ ਦੀਆਂ ਵੀਰ ਜਿਹੜੇ ਤੁਸੀਂ ਦੇਖ ਸਕਦੇ ਕਿਸ ਤਰੀਕੇ ਕਿਸਾਨੀ ਦੇ ਝੰਡੇ ਲੈ ਕੇ ਵੱਖ ਵੱਖ ਥਾਵਾਂ ਤੋਂ ਜਿੱਥੋਂ ਆਏ ਨੇ ਇਹ ਟਰੈਕਟਰ ਟਰਾਲੀਆਂ ਦੇ ਤਸਵੀਰਾਂ ਲਾਈਵ ਤਸਵੀਰਾਂ ਬੋਰਡ ਤੁਸੀਂ ਦੇਖ ਸਕਦੇ ਹੋ ਬੋਰਡ ਤਸਵੀਰ ਹੈ ਗਵਾਹ ਉਸ ਚੀਜ਼ ਦਾ ਕਿ ਕਿੱਥੇ ਫਿਰਦੇ ਆ ਪੰਜਾਬੀ ਵੈਲਕਮ ਟੂ ਵੈਸਟਰਨ ਪੈਰੀਫੈਰਲ ਐਕਸਪ੍ਰੈਸ ਵੇ ਵੈਸਟਰਨ ਪੈਰੀਫੈਰਲ ਐਕਸਪ੍ਰੈਸ ਵੇ ਪੇ ਆਪਕਾ ਸਵਾਗਤ ਹੈ ਜੀ ਬਿਲਕੁਲ ਇਹ ਤਾਂ ਅਸੀਂ ਦੇਖ ਸਕਦੇ ਹੋ ਕਿ ਇਹ ਟੋਲ ਜਿਹੜਾ ਨਾਕਾ ਹੈਗਾ ਅੱਗੇ ਆ ਜਾਣਾ ਹੈਗਾ ਔਰ ਉਹਨੂੰ ਜਿਹੜਾ ਟੋਲ ਫ੍ਰੀ ਕਰ ਦੇਣਾ ਹੈਗਾ ਟਰੈਕਟਰ ਟਰਾਲੀਆਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਇਹ ਕੇਐਮਪੀ ਤੇ ਚੜ ਗਏ ਆ ਜੀ ਹੁਣ ਪੂਰਾ ਅੱਗੇ ਪੂਰਾ ਦੱਬ ਕੇ ਕਹਿੰਦੇ ਪੰਜਾਬੀ ਖਿੱਚ ਕੇ ਕੰਮ ਰੱਖਣਾ ਹੈਗਾ ਰਿਹਰਸਲ ਅੱਜ ਪੂਰੀ ਕਰਨੀ ਹੈ 26 ਜਨਵਰੀ ਦੀ ਪਰੇਡ ਦੀ ਬਾਈ ਜੀ 26 ਜਨਵਰੀ ਦੀ ਪਰੇਡ 'ਚ ਮੈਂ ਹਿੱਸਾ ਨਹੀਂ ਲੈ ਸਕਦਾ ਜਾ ਨਹੀਂ ਸਕਦਾ ਅੱਜ ਫਿਰ ਬਣੂ ਹਿੱਸਾ ਅੱਜ ਬਣੇ ਹੋਏ ਹੀ ਪੂਰਾ ਦਿਖਾ ਕੇ ਜਾਊਂਗੇ ਜੀ ਲੈ ਅੱਗੇ ਤੋਂ ਕੱਲ ਨੂੰ ਨਿਆਣਿਆਂ ਨੂੰ ਕਹਿ ਸਕਦੇ ਹੋ ਜਾਂ ਟੀਵੀ ਤੇ ਵੇਖ ਕੇ ਪਰੇਡ ਕੀ ਬਾਈ ਜੀ 26 ਜਨਵਰੀ ਦੀ ਪਰੇਡ ਤਾਂ ਆਪਾਂ ਵੀ ਕੱਢੀ ਹੋਈ ਹੈ ਰਿਹਰਸਲ ਵੀ ਜਿਹੜੀ ਹੈ ਭਾਵੇਂ ਰਿਹਰਸਲ ਬਾਈ ਜੀ ਕੀਤੀ ਹੋਈ ਹੈ ਨਿਆਣਿਆਂ ਨੂੰ ਕਹਿਣ ਜੋਗੇ ਹਾਂਜੀ ਹਾਂਜੀ ਇਹ ਜਿਹੜੀ ਅੱਜ ਦੀ ਪਰੇਡ ਨਿਆਣੇ ਕਹਾ ਯਾਦ ਰੱਖਣਗੇ ਹੀ ਕਰਕੇ ਗਏ ਤੇ ਪੰਜਾਬੀ ਆ ਕੇ ਹਾਂਜੀ ਮੋਰਚਾ ਫਤਿਹ ਕਰੂੰਗੇ ਨਿਆਣਿਆਂ ਦੇ ਬਾਪੂ ਵੀ ਯਾਦ ਰੱਖਣਗੇ ਹੋਰ ਕਹੀ ਹੋਰ ਕਹੀ ਅੱਗੇ ਤੱਕ ਚੱਲੂਗਾ ਹੀ ਕੰਮ ਆਪਣਾ ਇਤਿਹਾਸ ਸਿਰਜ ਕੇ ਜਾਊਂਗਾ ਜੀ ਕਿਆ ਬਾਤ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸੇ ਤਰੀਕੇ ਜੁੜੇ ਰਹੋ ਵੇਖਦੇ ਰਹੋ ਅਕਾਲ ਚੈਨਲ ਜੀ ਲਗਾਤਾਰ ਦਿਖਾ ਰਹੇ ਹਾਂ ਟਰੈਕਟਰ ਰੈਲੀ ਦਾ ਕਾਫਲਾ ਤੁਸੀਂ ਦੇਖ ਸਕਦੇ ਹੋ ਇੱਥੇ ਟਰੈਕਟਰ ਰੈਲੀ ਤੇ ਬੜਾ ਇੱਕ ਕਾਫਲਾ ਇੱਥੇ ਲੱਗਾ ਹੋਇਆ ਬਹੁਤ ਵੱਡੀ ਤਾਦਾਦ ਦੇ ਵਿੱਚ ਕਿਉਂਕਿ ਟਰੈਕਟਰ ਟਰਾਲੀਆਂ ਤੇ ਪਹੁੰਚੇ ਹੋਏ ਨੇ ਬਾਬੇ ਵੀ ਸਾਡੇ ਆਏ ਹੋਏ ਨੇ ਰਾਜ ਕਾਕੜਾ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਲਾਈਵ ਜੋੜਾਂਗੇ ਬਾਬਾ ਜੀ ਠੀਕ ਹੋ ਕਿੱਥੋਂ ਆਏ ਹੋ ਤਰਨ ਤਾਰਨ ਤੋਂ ਆਏ ਹੋਏ ਨੇ ਔਰ ਕਾਫੀ ਇੱਥੇ ਦੇਖ ਸਕਦੇ ਹੋ ਕਿ ਜੋ ਕਿ ਬਜ਼ੁਰਗ ਵੀ ਨੇ ਨੌਜਵਾਨ ਨੇ ਟਰੈਕਟਰ ਟਰਾਲੀਆਂ ਦਾ ਕਾਫਲਾ ਇਹ ਦੇਖ ਸਕਦੇ ਹੋ ਬਿਲਕੁਲ ਇਹ ਜਿਹੜੀ ਸੜਕ ਹੈਗੀ ਹੈ ਇਹ ਸੜਕ ਪਰ ਖੜੇ ਹੋਏ ਨੇ ਥੱਲੇ ਟਰੈਕਟਰ ਜਾ ਰਹੇ ਨੇ ਸ਼ਾਂਤਮਈ ਮਾਹੌਲ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇਕਰ ਗੱਲ ਕਰੀਏ ਅੱਜ ਵਾਲਾ ਜਿਹੜਾ ਸੀ ਅੰਦੋਲਨ ਜਿਹੜਾ ਕੱਢਿਆ ਗਿਆ ਸ਼ਕਤੀ ਅੰਦੋਲਨ ਕਹਿ ਸਕਦੇ ਹਾਂ ਜਾਂ ਇਹਨੂੰ ਰੈਸਲ ਕਹਿ ਸਕਦੇ ਹਾਂ 26 ਜਨਵਰੀ ਨੂੰ ਲੈ ਕੇ 7 ਜਨਵਰੀ ਨੂੰ ਜਿਹੜੀ ਰੈਸਲ ਕੀਤੀ ਗਈ ਸੀ ਉਹ ਰੈਸਲ ਜਿਹੜੀ ਅੱਜ ਮਿਲੀ ਆ ਉਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਮਿਲਿਆ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੇਕਰ ਗੱਲ ਕਰਦੇ ਹਾਂ ਤਾਂ ਸਰਕਾਰ ਨੇ ਨਹੀਂ ਰੋਕਿਆ ਗਾ ਜਦੋਂ 26 ਤੇ 27 ਨਵੰਬਰ ਦਾ ਪ੍ਰੋਗਰਾਮ ਅਲੀਕ ਕੇ ਜਦੋਂ ਕਿਸਾਨ ਦਿੱਲੀ ਆਉਂਦੇ ਸੀਗੇ ਅਤੇ ਅੱਗੋਂ ਰੋਕਿਆ ਜਾਂਦਾ ਸੀ ਅਤੇ ਉਹਦੇ ਨਾਲ ਲੋਕਾਂ ਦਾ ਜਿਹੜਾ ਉਤਸ਼ਾਹ ਹੋਰ ਵੱਧ ਗਿਆ ਸੀ ਸ਼ਾਇਦ ਜੇਕਰ ਨਾ ਰੋਕਦੇ ਤਾਂ ਐਡਾ ਵੱਡਾ ਇਕੱਠ ਨਾ ਹੁੰਦਾ ਫਿਰ ਲੋਕਾਂ ਦੀਆਂ ਜ਼ਮੀਰਾਂ ਦੇ ਵਿੱਚੋਂ ਆਵਾਜ਼ ਨਿਕਲ ਲੱਭੀ ਕਿ ਸਾਡੇ ਵੱਡੇ ਵਡੇਰਿਆਂ ਨੂੰ ਕਿਉਂ ਰੋਕਿਆ ਰਿਹਾ ਸਾਡੇ ਬਜ਼ੁਰਗਾਂ ਨੂੰ ਕਿਉਂ ਰੋਕਿਆ ਰਿਹਾ ਇਸ ਕਰਕੇ ਜਿਹੜਾ ਵੱਡਾ ਇਕੱਠ ਹੋਇਆ ਸੀ ਅੱਜ ਹੋ ਸਕਦਾ ਹੈ ਸਰਕਾਰ ਨੇ ਜਿਹੜਾ ਉਹ ਤਾਂ ਨਾ ਰੋਕਿਆ ਹੋਵੇ ਅਤੇ ਜਿਹੜਾ ਅੱਜ ਇੱਥੇ ਜਿਹੜਾ ਸਕਸੈਸਫੁੱਲ ਰਿਹਾ ਅਤੇ 26 ਜਨਵਰੀ ਦੀ ਜਿਹੜੀ ਰੈਸਲ ਕੀਤੀ ਜਾ ਰਹੀ ਇਹਨਾਂ ਦੀਆਂ ਪੂਰੀਆਂ ਤਿਆਰੀਆਂ 26 ਜਨਵਰੀ ਨੂੰ
ट्रैक्टर मार्च जो दिल्ली के जाएगा लखां की गिनती दावा किया किसान आगुआ ने कि लखां की गिनती ट्रैक्टर दिल्ली के जोड़े वो जाए जाएंगे तो मार्च कटा जाऊगा 26 जनवरी गणतंत्र दिवस जो किसान आपके रूप के मनाएंगे तो दसया जाएगा कि जो किसानों के काले कानून ने शांतमई होगा काले कानून जो वापस नहीं लै रहे जो मुख मेहमान बरतानिया का प्रधानमंत्री जोड़ा इतने मुख मेहमान के तौर पर बुलाया से तो उन्होंने वालों भी जोड़ा पिछले दिन ही बड़िया एजेंसियों दबर उधरों आ रही ने कि उन्होंने वालों भी जोड़ा वो इतने जोड़ा आना से मुख मेहमान के तौर पर कैंसल कर दिता गया जेकर देखिए लखा गिनती लखा की गिनती जो किसान का कट हैगा उनका कितने ना कि जो असर होना दिख गया थोड़े जे लोग तस्वीर के दिखाने की कोशिश करा एक बार पिछले दिखाने की कोशिश करो थोड़ी जी बदतमीजी ट्रैक्टर वाले वालों की गई तो उन्हें जो डिग पे ने काफ़ी जोड़े डिगे ने इदा का नहीं होना चाहिए उन्होंने सट्टा तो शायद बच गए हैं हूँ उठ के आ रहे हैं पर इदा का नहीं होना चाहिए इदा का नहीं होना चाहिए क्योंकि किसान ने इदा नहीं होना चाहिए इन जो मैसेज गलत जाता है इन्हों समझन तो काम लेना चाहिए पर जोड़े उस पर यह एक्सप्रैस रोड है एक बार अपने इधरले पासे तस्वीर दिखाने की कोशिश करो पिछले पासे तस्वीर दिखाने की कोशिश करो कि यह बादली तो रोहतक रोहतक इधरले पासे उतरना 500 मीटर एक्सिट होंदा उतोगा बादली 17 किलोमीटर है बारला बाईपास वड्डा हैगा तो इन्हे रोड के उत्ते जिहड़ा आवाजाई ज़्यादातर दिल्ली के सारे नेड़े लगते सूबे के नाल जिहड़ी आवाजाई इधरों हुंदी है ट्रक सप्लाई इधर तो हुंदा वड्डे नहीं लिया जाता गा एक किसानों की बदौलत यह वड्डी जी जित सी पर इतने जेकर गल करिए उरले पास बसा पुलिस दसा जो खड़िया हुई हैं पर किसी किसी वालों रोकया नहीं जा रहा रोकया इस करके नहीं जा रहा क्योंकि इन्होंने अज कहा कि असी शांतमई जाना तो शांतमई वापस आना शांतमई जाने का कारण यही कि जोड़ा अज रिहर्सल की जाऊगी तो 26 जनवरी जोड़ा मार्च जो कढ़िया जाएगा वाला मार्च होगा तो जेकर अज रोकणगे किसानों का दावा सीगा तो किसानों का मैसेज भी सरकार को जेकर किसानों सरकार रोकती है तो वो उत्थे बैठनगे तो एक्सप्रैस रोड बंद किया जाऊगा पर अज किसी वालों कुछ नहीं रोकया गया प्रशासन के कुछ आला अधिकारी इतने देखते नज़र जरूर आए हैं पर किसी वालों रोकया नहीं गया शायद उन्होंने ड्यूटी है इन्हें एंबूलेंसा भी फिर रही सन पर अज का जोड़ा शक्ति प्रदर्शन से 7 जनवरी की रिहर्सल कह लो ये जोड़ा सक्सैसफुल तो बहुत कामयाब होया इकट्ठ फिर दिखाने की कोशिश करा इकट्ठ बहुत ज़्यादा है एक टूल टैक्स इस तो पहला 2 घंटे पहला जोड़ा ये बंद हो चुके हैं ज ट्रैक्टर थले उतर चुके हैं तो हजे भी जोड़ा उत्थे ट्रा गिनती दे वड्डी गिनती दे जोड़ा वो इकट्ठ हैगा तुहानू अगले पासे अगलियां तस्वीरां दे राही भी जोड़दे हां तद तक लई रियायत वाहिगुरू जी का खालसा वाहिगुरू जी की फतेह। मार्च तो बाद जो किसानों के आ चुके हैं गलबात करांगे तुहानू पिछले हिस्सा जो दस्सिया है कि उत्थे किदां दा रहा जो एक्सप्रैस रोड से खाली करन दे बावजूद जो थले जो एडा वड्डा ट्रैफिक जो किसानों का आपदा ही लग्या रहा कि जेकर गल करके 10-15 किलोमीटर टिकरी बॉडर का आपदा ट्रैफिक ही बन चुका है हज़ारों की गिनती के इधरला ट्रैफिक से हरेक बार्डर तो इदा के ट्रैक्टर निकले रुपिंदर जलाल साडे नाल वीर मौजूद ने लाइव असी इन्हां दे देख रहे सी साडी कोशिश सी इन्हां नू मिलिए की लगता जलाल साहब अज जिहड़ा ट्रेलर सी ते फिल्म बाकी है। हाँ जी सब तो पहला तो अकाल चैनल ते जिन्नी भी संगत जुड़ी है मेरे वालों प्यार भरी सत श्री अकाल वाहिगुरू जी का खालसा वाहिगुरू जी की फतेह। सो ट्रेलर तुसी सारिया ने देखिया ते तुसी दिखाया भी आ वाहिगुरू की बड़ी मेहर आ बहुत वड्डे पद्धर ते संगत इत्थों गई आ हजे तो आपां कह दईए ना 30% ही गए सी भाई 30 या 40% हजे 60 भी कि हिसाब न हजूम होर भी आ जाना तो थोड़े माध्यम जरिए बेनती भी करते हैं भी ठीक है जोड़े रह गए उन्होंने बेनती करते हैं भी 20 तरीक तक इतने पहुँचने की कृपालता करो ता जो आप 26 तरीक न जोड़ा अपना काफिला वो लखा की गिनती का ट्रैक्टर ही हो बंद बाद चो पता लोगों को गिनती च पहुँचन लोहड़ी जिमें मनाते हैं या माघी के मेले तो जिमें फ्री होंगे इधर नही हाँ घत के आन तो 26 तरीक तक 8 तरीक की मीटिंग ते भी निगाह हैगी पर विखा देना 8 तरीक वाली मीटिंग ये तो सरकार वधिया रहूगी किसानों के
पक्ष दे विच और गल की तुसी लोहड़ी दी ते माघी दी मैनू ये नहीं लगता यार भी एदू वधिया माहौल अगे आप पिंड घरां दी लोहड़ी पाउने आ ते ऐतकी आप लोहड़ी पावांगे पंजाब दे हरियाणे दे राजस्थान दे भरावां नू कट्ठे करके साडी सोच इही आ भी उधर वड्डी लोहड़ी पाई जावे एक पासों बंद कर दिए भी उत्थे सारयां नू सद्या जावे चलो जिन्ने क अपने हैगे आ जिथे अपनी रहायश आ ना भी उत्थे सारयां नू सद ਦੇਈਏ ਵੀ ਆਪਾਂ ਇੱਥੇ ਹੀ ਮਨਾਈਏ ਲੋਹੜੀ ਅਤੇ ਮਾਘੀ ਬਾਕੀ ਜਿਹੜੇ ਗਏ ਵੀ ਆ ਭਰਾ ਪੰਜਾਬ ਉਹਨਾਂ ਨੂੰ ਬੇਨਤੀ ਆ ਜਿਹੜੇ ਇੱਥੋਂ ਜਾਂ ਉੱਥੇ ਕਈ ਇਹਨਾਂ ਦੇ ਵੀ ਆਪਾਂ ਮਾਘੀ ਤੋਂ ਬਾਅਦ ਜਾਵਾਂਗੇ ਲੋਹੜੀ ਤੋਂ ਬਾਅਦ ਵੀ ਪਹੁੰਚ ਜਾਓ ਵੱਧ ਤੋਂ ਵੱਧ ਬਸ ਇਹੀ ਵਾਰ ਵਾਰ ਇਹੀ ਬੇਨਤੀ ਕਰਦੇ ਹਾਂ ਵੀ ਹੁਣ ਕਹਿਣਾ ਕੋਈ ਸੈਮੀ ਫਾਈਨਲ ਅਤੇ ਫਾਈਨਲ ਹੀ ਆ ਕੁਆਟਰ ਕੁਟਰ ਆਪਾਂ ਸਾਰੇ ਖੇਡ ਲਏ ਆ ਕਿ ਨਹੀਂ ਸੈਮੀ ਫਾਈਨਲ 'ਚ ਹੁਣ ਪਹੁੰਚੇ ਖੜੇ ਹਾਂ ਫਾਈਨਲ ਵਾਲਾ ਜਿਹੜਾ ਖੇਡਣਾ ਸੈਮੀ ਫਾਈਨਲ ਖੇਡਿਆ ਹੈ ਅੱਜ ਜਿਹੜਾ ਆਪਣਾ ਜਥੇਬੰਦੀਆਂ ਦਾ ਜੋ ਵੀ ਪ੍ਰੋਗਰਾਮ ਸੀਗਾ ਟਰੈਕਟਰਾਂ ਵਾਲਾ ਅਤੇ ਸੈਮੀ ਫਾਈਨਲ ਆ ਵੀ ਆਪਾਂ ਤਾਂ ਠੀਕ ਹੈ ਕੀ ਆ ਬਾਈ ਟੀਮਾਂ ਦੋ ਨੇ ਜਿਹੜੀ ਟੀਮ ਹਾਰ ਗਈ ਉਹ ਖਤਮ ਆ ਆਪਣਾ ਹਮੇਸ਼ਾ ਲਈ ਖਤਮ ਆ ਸਾਲਾਂ ਦਾ ਇਤਿਹਾਸ ਹੈ ਇਤਿਹਾਸ ਤਾਂ ਕੀ ਆ ਉਹਨਾਂ ਦਾ ਵੀ ਉੱਦਾਂ ਵੀ ਆਹ ਦੋ ਨੇ ਜਿਹੜੀ ਟੀਮ ਹਾਰ ਗਈ ਉਹ ਖਤਮ ਆ ਆਪਣਾ ਹਮੇਸ਼ਾ ਲਈ ਖਤਮ ਆ ਇਤਿਹਾਸ ਤਾਂ ਕੀ ਆ ਉਹਨਾਂ ਦਾ ਵੀ ਉਦਾਂ ਵੀ ਹਾਂ ਸੱਤ ਸਾਲਾਂ ਦਾ ਰਾਜ ਕਹਿ ਲਓ 500 ਸਾਲ ਹੋ ਗਿਆ ਸੋ ਤੁਸੀਂ ਦੇਖ ਲਓ ਵੀ ਜਿੱਤੂਗਾ ਕੌਣ ਵੀ 550 ਸਾਲਾਂ ਨੇ ਜਿੱਤਣਗੇ ਜਾਂ 7 ਸਾਲਾਂ ਨੇ ਜਿੱਤਣਗੇ ਜਿੱਤਣਾ ਆਪਾਂ ਹੀ ਆ ਪਰ ਜਿੱਤਣਾ ਇਹ ਸਾਡੇ ਇਕੱਠ ਨੇ ਜਿੱਤਣਾ ਜਿੰਨੀ ਅਸੀਂ ਲਾਮਬੰਦੀ ਹੋਰ ਇੱਥੇ ਕਰੋ ਸਮਝੌਤਾ ਕਰ ਲੈਣ ਵੀ ਕਹਿ ਦਿੰਦੇ ਵੀ ਤੁਹਾਡਾ ਵੱਡਾ ਇਤਿਹਾਸ ਆ ਤੁਹਾਡਾ ਵੱਡਾ ਰਾਜੇ ਰਹੇ ਆ ਤੁਹਾਡੇ ਮਤਲਬ ਤੁਹਾਨੂੰ ਦੇ ਦਿੰਦੇ ਆ ਤੁਹਾਨੂੰ ਤੇ ਮਿਲਦਾ ਫਿਰ ਉਹਨਾਂ ਦੀ ਉਹਨਾਂ ਦਾ ਬਾਈ ਜੀ ਬੜੱਪਣ ਹੋਊਗਾ ਇਸ ਚੀਜ਼ ਦੇ ਲਈ ਜੇ ਉਹ ਬੰਦੇ ਇੱਥੋਂ ਇਹ ਫੈਸਲਾ ਕਰਨ ਵੀ ਸੰਗਤ ਜਿੱਤੀ ਅਸੀਂ ਹਰੇ ਠੀਕ ਆ ਤਾਂ ਮੈਂ ਕਹਿੰਦਾ ਵੀ ਉਹਨਾਂ ਦੇ ਮਾੜੇ ਮੋਟੇ ਕੱਖ ਰਹਿ ਜਾਣਗੇ ਅਤੇ ਜੇ ਉਹ ਕਹਿਣਗੇ ਵੀ ਅਸੀਂ ਅੜੀ 'ਚ ਹੈ ਜਾਂ ਇੱਦਾਂ ਇੱਦਾਂ ਆ ਇੰਨੇ ਬੰਦੇ ਖੜ੍ਹੇ ਹੈ ਕੋਈ ਬੰਦਾ ਬੈਕ ਮੁੜਾ ਜਿਹਦੀ ਮਰਜ਼ੀ ਟਰਾਲੀ 'ਚ ਪੁੱਛ ਲਓ ਬਜ਼ੁਰਗ ਵੀ ਇਹੀ ਗੱਲ ਕਹਿੰਦੇ 80-80 ਸਾਲ ਦੇ ਵੀ ਫੱਟੇ ਚੱਕ ਕੇ ਜਾਵਾਂਗੇ ਬੇਫਿਕਰ ਹੋ ਜਾਓ ਸ਼ਾਂਤਮਈ ਢੰਗ ਨਾਲ ਅੰਦੋਲਨ ਦੇ ਨਾਲ ਨਾਲ ਹਾਂ ਵਧੀਆ ਦੇਖੋ ਇਹ ਚੀਜ਼ ਸਾਡੇ ਲਈ ਬਹੁਤ ਜ਼ਰੂਰੀ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਥੇਬੰਦੀਆਂ ਸਾਡੇ ਲਈ ਬਹੁਤ ਮਾਣ ਪੈਰੀਫੇਰਲ ਹੈਗਾ ਸੰਗਤ ਜੀ ਇਹ KMP ਮਾਰਗ ਹੈਗਾ ਔਰ ਕਿਸਾਨ ਚੜਾ ਲਿਆ ਇਹਨੇ ਆਪਣੇ ਟਰੈਕਟਰ ਇੱਥੇ ਔਰ ਮਾਰਚ ਕੱਢਦੇ ਪਏ ਨੇ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਹਾਂ ਸੇ ਆਏ ਹੈ ਜੀ ਹਾਂਜੀ ਸੋਨੀਪਤ ਹਰਿਆਣਾ ਹਾਂਜੀ ਪੂਰਾ ਕਰੇਂਗੇ ਪ੍ਰੋਗਰਾਮ ਪੂਰਾ ਪਰੇਡ ਟੈਨਸ਼ਨ ਹੈਗੀ ਆ ਲਗਾਤਾਰ ਤੁਹਾਨੂੰ ਦਿਖਾ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਲੋਕ ਜੁੜੇ ਹੋਏ ਨੇ ਰਾਜ ਕਾਕੜਾ ਵੀ ਇੱਥੇ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਹਾਂਜੀ ਜਨਵਰੀ ਨੂੰ ਪਰੇਡ ਕਰੂੰਗਾ ਸੰਸਦ ਮਜ਼ਾਕ ਹੈ ਹਾਂ ਪੂਰਾ ਸਟੰਟ ਮਾਰ ਕੇ ਦਿਖਾਉਂਗਾ ਹਰ ਵਾਰ ਹੀ ਲੜਾਈ ਇੱਕ ਦੀ ਬਾਬਿਆਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਕਿੱਧਰ ਆਏ ਹੋ ਠੀਕ ਹੋ ਹਾਂਜੀ ਬਾਈ ਮੇਰੇ ਰੋਪੜ ਤੋਂ ਆਏ ਜੀ ਰੋਪੜ ਦੇ ਹਾਂਜੀ ਹਾਂਜੀ ਪੂਰੀ ਪੂਰੀ ਤਿਆਰੀ ਹੈ ਜੀ ਪਰੇਡ ਦੀ ਪੂਰੀ ਤਿਆਰੀ ਆ ਰਾਜ ਕਾਕੜਾ ਵੀ ਇੱਥੇ ਮੌਜੂਦ ਨੇ ਹਾਂਜੀ 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 ਕੀ ਨਾਮ ਹੈ ਜੀ ਰੋਹਤਾਸ ਬੈਨੀਵਾਲ ਜ਼ਿਲ੍ਹਾ ਪ੍ਰਧਾਨ ਸੋਨੀਪਤ ये परेड लग रही है हमारा ट्रायल है ये जो 26 जनवरी के अपनी जो लाल किले पर अपना वो झंडा फहराना है ये हमारा ट्रायल होया है 26 तारीख को किसान ही वहाँ लाल किले पर झंडा फहराएगा
उससे पहले कहे तो तीनों काले कानून सरकार वापस ले ले, अगर नहीं लेती तो मोदी यहाँ से भागेगा, किसान का यहाँ राज होगा। ठीक है जी, बिल्कुल लगातार तुम देख सकते हो जुड़े हुए ने राज काकड़ा इतने साढ़े नाल मौजूद ने, लाइव तुम देख रहे हो गलबात करते उन्होंने नाल। ट्रैक्टर रैलियां का काफिला इतने लगातार बहुत वड्डी तादाद दे विच तुम देख रहे हो जुड़िया होया, कई लोग आए ने। कहां से आए सर? हम रतिया से। रतिया से ट्रैक्टर रैली में? फतेहाबाद जिला। हाँ जी हाँ जी हाँ जी, पूरी जी पूरी फुल देख लो थोड़े सामने ही है जी। हाँ जी तैयारी है, फुल तैयारी है। दूजे पासे भी देख लिए था, हर पासे जेड़ा हैगा ट्रैक्टर इत्थे जी बिल वापस। हाँ जी वापस फिर ही जा बिल जांदे सी। हां राज काकड़ा मौजूद ने साडे नाल लाइव तुसी देख रहे हो। कैमरामैन वीर नूं बेनती इधर आ जाए जी, कैमरामैन वीर इधर आ जावे, लाइव तुसी देख रहे हो। राज काकड़ा साडे नाल मौजूद ने, गुरफतेह दी सांझ करदे हां। वाहेगुरु जी का खालसा वाहेगुरु जी की फतेह। वीर जी की कहना चाहोगे तुसी देख रहे हो किस तरीके केएमपी मार्ग ते असीं मौजूद हैगे आ। आपां इधर आ जांदे आ थोड़ा क्योंकि पिछे काफला दिस जाएगा, बैकग्राउंड दे विच तस्वीरां थोड़ी वधिया हो जाणगियां। बलदेव सिंह सिरसा आ रहे ने अपने सिक्योरिटी पेट्रोल, मतलब अज तां सिक्योरिटी पेट्रोल भी बना ली होई है जी। चढ़दी कला जी, चढ़दी कर लिए जी। की कहना चाहोगे लगातार तुसी देख रहे हो? एक मिनट जी, एक मिनट अब आप कर लिए। की कहना चाहोगे जी? लगातार इत्थे वड्डे वड्डे चेहरे पहुंच रहे हैं। बिल्कुल जी, अंदोलन किसान ने मुझे लगता कि हर कलाकार को इत्थे आना चाहिए आ, ते अज जिदा साडे वीर आ भी रहे आ। पिछले इस सारे अंदोलन के विच ही गल कलाकार नहीं, हर वर्ग का बहुत वड्डा रोल। जे मैं कलाकारां दी गल करां ते कलाकारां ने इस अंदोलन के विच बड़ा वड्डा रोल प्ले किया आ, मैं क्योंकि कलाकार भी किसान ने। तुहानू की लगता है एक रिहर्सल दे तौर ते काम किया जा रहा है? जिहड़ी परेड आ इह 25 तरीक की रिहर्सल हो रही है, ते मुझे लगता कि इस तों बाद सरकार की जिहड़ी सोचनी आ उह पता लग जूगा सरकार नूं। उहनां दे भी जिहड़ा उन्होंने जिहड़ा हुण तक एटीट्यूड बनाया होया इक, मुझे लगता कि आने वाले दिनों दे विच काफी बदलाव आऊगा, अगलिया मीटिंगों दे विच साफ नजर आऊगा। कोई कोई लाइन इन्हां वीरां वास्ते कोई कोई शब्द? ओ फिरदी है तू हंकारी किड्डी कु वड्डी है, फिरदी है तू हंकारी किड्डी कु वड्डी है, साडे तां बाबिआं ने तू जित जित कै छड्डी है, साडे तां बाबिआं ने तू जित जित कै छड्डी है। पौनी है नक तेरे नू लोकां ने नथ कढ़ा ली, पौनी है नक तेरे नू लोकां ने नथ कढ़ा ली, दिल्लीए तेरे बूहे ते। वाहिगुरु जी की फतेह। तुसी संगत जी इस टाइम देख सकते हो कि भारी विरोध जिहड़ा कि गोदी मीडिया का हो रहा है। इधरों वीर कैमरा परसन दिखावांगा, कहना चाहवांगा कि इत्थे उन्हां नूं दिखाओ जी। तुसी देख सकते हो। हाँ जी की हो गया वीर जी? मुर्दाबाद सी, मुर्दाबाद है, मुर्दाबाद रहूगा। एक किसान नालू करे अत्तवादी दादा करे कोस दादा आ, अज अही किसानां नूं खालिस्तानी दसदे सी, इह उहनां दा हशर मोदी आपदी अक्खां नाल देख लवे। जिहड़े सानूं खालिस्तानी कहणगे उहनां नाल इही कुछ, पर अही इहनां नूं कोई हाथ नहीं लाया, ना ही टच कीता। असी हाथ जोड़ के बेनती कीती आ कि गोदी मीडिया इत्थों चले जाओ, सानूं ताडी लोड़। गोदी मीडिया मुर्दाबाद, गोदी मीडिया मुर्दाबाद, किसान मजदूर एकता, गोदी मीडिया मुर्दाबाद, मुर्दाबाद है। आतंकवादी सारे इत्थे इकट्ठे होए करके किसान भड़के जी थोड़े जे। दसो भी तुहानू आतंकवादी कोई लगता जी? जो भी गोदी मीडिया ये जान बुझ कर हमारे बीच में क्यों आ रहे हैं? आप कहाँ से भाई साहब? मैं कैमरा पर्सन तो कहना चाहूंगा की इधर जरा दिखाने की कोशिश, आप कौन से कहाँ से है? हम हरियाणा से, कुरुक्षेत्र से है। हरियाणा तो वीर जुड़ चुके हैं, क्या बात हुई भाई साहब?
यहाँ गोदी मीडिया के कुछ लोग आए हुए हैं और वह हमें ये कह रहे हैं कि आप आतंकवादी हो, मतलब ये हमारे संगठन को कमजोर करना चाहते हैं, जो हरियाणा पंजाब की किसानों की मजदूरों की एकता ना उसको कमजोर करना चाहते हैं और हम इसे कमजोर नहीं होने देंगे। लो जी तुसी आप जीरो ग्राउंड देते सर, इन्हों का यह भी है भी लेडीज कुड़ी नु जान बुझ के भेजते हैं भी कोई माड़ी मोटी गलती हो तो किसान नु एकता भी हाथ कोई लगेगा, तुहानु देखा जाएगा थोड़े दिन पहला पता नहीं कितने का सीगा वो जान बुझ के अपने जिहड़े किसान जिहड़े प्रधान सीगे उन्हां नू नेता सीगे उन्हां जान बुझ के एक कुड़ी ने मतलब की हाथ लाण की कोशिश की कुछ ना कुछ होए तो इन्हां दा जिहड़ा अंदोलन चल रहा है मीडिया ਵਿੱਚ ਬਹੁਤ ਮੀਡੀਆ ਤੁਹਾਡੇ ਵਰਗੇ ਬਹੁਤ ਧੰਨਵਾਦ ਆ ਵੀ ਜਿਹੜੇ ਸਾਡਾ ਸਾਥ ਦਿੰਦੇ ਨੇ ਜੀ। ਇਹ ਅਸੀਂ ਅੱਤਵਾਦੀ ਕਹਿੰਦੇ ਨੇ ਸਾਡੇ ਕੋਲ ਕਿਹੜੇ ਹਥਿਆਰ ਨੇ ਕੀ ਅੱਤਵਾਦੀ ਦੇ ਅਸੀਂ ਨਾਰੇ ਲਾ ਰਹੇ ਹਾਂ। ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸਿਰਫ ਇਸ ਜਿਹੜੀ ਮੀਡੀਆ ਆਇਆ ਸੀ ਉਹਨੇ ਇਹ ਕਿਹਾ ਕਿ ਦੇਖੋ ਜੀ ਇਹ ਆਤੰਕਵਾਦੀ ਹੈ, ਇਸ ਆਤੰਕਵਾਦੀ ਇਹ ਬੱਚਿਆਂ ਨੇ ਸੁਣ ਲਿਆ ਆਪਣੇ ਕੰਨਾਂ ਨਾਲ ਤੇ ਤਾਂ ਵਿਰੋਧ ਹੈ ਸਰ ਜਾਣ ਬੁੱਝ ਕੇ ਕਹਿੰਦੇ ਨੇ। ਹੁਣ ਦੇਖੋ ਜੀ ਅਸੀਂ ਕਿਸੇ ਦੇ ਹੱਥ 'ਚ ਕੋਈ ਹੈਗਾ ਜੀ ਕੋਈ ਹਥਿਆਰ ਕੁਛ ਨਹੀਂ ਹੈਗਾ, ਅਸੀਂ ਤਾਂ ਤੁਹਾਨੂੰ ਪਤਾ ਕਿੱਦਾਂ ਬੈਠਿਆ ਜਾ ਕੇ ਇੰਨੀ ਠੰਡ ਦੇ ਵਿੱਚ। ਮੈਂ ਕੈਮਰਾ ਪਰਸਨ ਨੂੰ ਦਿਖਾਵਾਂਗਾ ਕਿ ਇਹ ਸਾਰੇ ਜਿੰਨੇ ਵੀ ਬੱਚੇ ਨੇ ਯੂਥ ਹੈ ਜਾਂ ਬਜ਼ੁਰਗ ਨੇ ਸਾਰੇ ਖਾਲੀ ਹੱਥ ਨੇ, ਕਿਸੇ ਕੋਲ ਡੰਡਾ ਤੱਕ ਨਹੀਂ ਹੈ। ਮੈਂ ਕੈਮਰਾ ਪਰਸਨ ਨੂੰ ਕਹਾਂਗਾ ਸਾਰਿਆਂ ਨੂੰ ਦਿਖਾ ਦਿਓ, ਉੱਪਰ ਵੀ ਦਿਖਾ ਦਿਓ, ਕਿਸੇ ਕੋਲ ਨਾ ਤੇ ਡੰਡਾ ਹੈ ਤੇ ਨਾ ਕੁਛ ਹੈ ਤੇ ਇਹ ਇਹਨਾਂ ਨੂੰ ਆਤੰਕਵਾਦੀ ਕਿਹਾ ਗਿਆ। ਇੱਕ ਸਾਡੀ ਮੋਦੀ ਸਾਹਿਬ ਨੂੰ ਇੱਕ ਸਾਡੀ ਖਬਰ ਪਹੁੰਚਣੀ ਚਾਹੀਦੀ ਜੀ, ਹੋਰ ਭਾਵੇਂ ਕੋਈ ਜਾਇ ਨਾ ਜਾਏ। ਉਹਨਾਂ ਦੇ ਦਿੱਲੀ ਦੇ ਵਿੱਚ 10 ਸਾਲ ਪੁਰਾਣੀਆਂ ਗੱਡੀਆਂ ਨਹੀਂ ਸੀ ਚੱਲਣ ਦਿੰਦਾ, ਪਰ 26 ਜਨਵਰੀ ਨੂੰ 100-100 ਸਾਲ ਪੁਰਾਣੇ ਟਰੈਕਟਰ ਚਲਾਵਾਂਗੇ ਅਸੀਂ ਦਿੱਲੀ ਦੇ ਵਿੱਚ, 100-100 ਸਾਲ ਪੁਰਾਣੇ ਜਾਵਾਂਗੇ, ਲਾਲ ਕਿਲੇ ਤੇ ਪਹੁੰਚਾਂਗੇ 26 ਜਨਵਰੀ ਨੂੰ। ਹਲੇ ਵੀ ਮੌਕਾ ਹੈਗਾ। ਸਿੰਘਾਂ ਨੇ ਛੋਣੀ ਪਾ ਲਈ। ਕਿਆ ਬਾਤ ਹੈ, ਰਾਜ ਕਾਕੜਾ ਮੌਜੂਦ ਸੀਗੇ ਸਾਡੇ ਨਾਲ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾ ਰਹੇ ਹਾਂ ਤੁਹਾਡੀ, ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਤਸਵੀਰਾਂ। ਯਾਰ ਕੱਟ ਦਿਆ ਕਰੋ ਯਾਰ, ਬਾਹਰ ਸਾਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਰੈਲੀ ਜੋ ਹੈ ਜੋ ਕੱਢੀ ਜਾ ਰਹੀ ਹੈ ਤੁਹਾਡੇ ਸਾਹਮਣੇ, ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ। ਤੁਸੀਂ ਦੇਖੋਗੇ ਟਰੈਕਟਰਾਂ ਦਾ ਐਡਾ ਵੱਡਾ ਕਾਫਿਲਾ ਇੱਥੇ ਦਿਖਾਈ ਦੇ ਰਿਹਾ ਹੈਗਾ। ਤੁਸੀਂ ਦੇਖੋਗੇ ਥਾਂ ਥਾਂ ਤੇ ਟਰੈਕਟਰਾਂ ਦੇ ਨਾਲ ਲਬਰੇਜ਼, ਜੋ ਇਹ ਸੜਕ ਜਿਹੜੀ ਹੈ KMP ਜਿਹੜਾ ਵੱਡੀ ਇੱਕ ਸੜਕ ਹੁੰਦੀ ਸੀਗੀ ਟਰੈਕਟਰਾਂ ਦੇ ਨਾਲ ਲਬਰੇਜ਼ ਹੈਗੇ ਆ। ਹਰ ਥਾਂ ਤੇ ਨੌਜਵਾਨ ਟਰੈਕਟਰ ਟਰਾਲੀਆਂ ਤੇ ਚੜੇ ਹੋਏ ਨਜ਼ਰ ਆ ਰਹੇ ਨੇ, ਥਾਂ ਥਾਂ ਤੇ ਵੀਰ ਚੜੇ ਹੋਏ ਨੇ। ਮੈਂ ਚਾਹਾਂਗਾ ਕੈਮਰਾਮੈਨ ਵੀਰ ਨੂੰ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਵੰਤ ਸਿੰਘ ਬੈਰਾਮ ਕੇ ਇੱਥੇ ਮੌਜੂਦ ਨੇ, ਕਿਸਾਨ ਆਗੂ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਹਿਣਾ ਚਾਹੋਗੇ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਕੀ ਕਹਿਣਾ ਚਾਹੋਗੇ ਟਰੈਕਟਰ ਟਰਾਲੀਆਂ ਦਾ ਕਾਫਲੇ ਦੇ ਨਾਲ, ਇਹ ਜਿਹੜੀ ਐਡੀ ਵੱਡੀ ਸੜਕ ਹੈ ਇਹਨੂੰ ਵੀ ਖੜ ਦਿੱਤਾ ਗਿਆ ਹੈਗਾ। ਦੇਖੋ ਜੀ ਜਿਸ ਤਰ੍ਹਾਂ ਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਜਾਣ ਕਰਕੇ ਸਾਨੂੰ ਬੇਵਜ੍ਹਾ ਸੱਦ-ਸੱਦ ਕੇ ਵਾਪਸ ਕੀਤਾ ਜਾ ਰਿਹਾ ਹੈ। ਇਹ ਸਰਕਾਰ ਨੂੰ ਅੱਜ ਟ੍ਰੇਲਰ ਦਿਖਾਇਆ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 26 ਜਨਵਰੀ ਆ ਉਹਦੇ ਵਿੱਚ ਬੜੀ ਵੱਡੀ ਇਸ ਤੋਂ ਵੱਡੀ ਫਿਲਮ ਦਿਖਾਵਾਂਗੇ ਤੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ। ਰਿਹਰਸਲ ਆ ਫਿਰ, ਇਹ ਅੱਜ ਦੀ ਰਿਹਰਸਲ ਹੈ ਜੀ, ਬਿਲਕੁਲ ਠੀਕ ਹੈ। 26 ਜਨਵਰੀ ਨੂੰ ਚਾਹੇ ਸਰਕਾਰ ਗੇਟ ਲਾ ਦੇਵੇ ਚਾਹੇ ਕਿ ਜਿੰਨੇ ਮਰਜ਼ੀ ਬੰਨ ਪਾ ਦੇਵੇ, ਅਸੀਂ ਸ਼ਾਂਤਮਈ ਟਰੈਕਟਰ ਮਾਰਚ ਕਰਕੇ 26 ਜਨਵਰੀ ਨੂੰ ਝੰਡੇ ਤਿਰੰਗੇ ਲਾ ਕੇ ਤੇ ਨਾਲ ਜਥੇਬੰਦੀ ਝੰਡੇ ਲਾ ਕੇ ਉਹਨੂੰ ਮਨਾਵਾਂਗੇ। ਕੀ ਕਹਿਣਾ ਚਾਹੋਗੇ ਹੁਣ ਅਗਲੇ ਕੀ ਪ੍ਰੋਗਰਾਮ ਨੇ, ਅਗਲੇ ਕੀ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ, ਪ੍ਰੋਗਰਾਮ ਆਪਾਂ ਅੱਗੇ ਜਾਣਾ ਇਸ ਤੋਂ ਜਾਂ ਕਿੱਦਾਂ? ਨਹੀਂ ਜਿਸ ਤਰ੍ਹਾਂ ਠੀਕਰੀ ਬਾਰਡਰ ਤੋਂ ਕਿਸਾਨ ਉਧਰੋਂ ਚੱਲੇ ਹੋਏ ਸੀਗੇ, ਅਸੀਂ ਸਿੰਘੂ ਬਾਰਡਰ ਤੋਂ ਚੱਲੇ ਹੋਏ ਆ, ਜਿੱਥੇ ਕ੍ਰੋਸਿੰਗ ਹੋ ਗਈ ਏ ਉੱਥੋਂ ਉਹ ਵਾਪਸ ਚਲੇ ਜਾਣਗੇ, ਅਸੀਂ ਵਾਪਸ ਚਲੇ ਜਾਵਾਂਗੇ। ਠੀਕ ਹੈ, ਮਤਲਬ ਇੱਕ ਮੇਲ ਮਿਲਾਪ ਆਪਸ ਦੇ ਵਿੱਚ ਕਰਨਾ। ਮੇਲ ਮਿਲਾਪ ਬਿਲਕੁਲ, ਬਹੁਤ ਦਿਨਾਂ ਦੇ ਵਿਛੜੇ ਹੋਏ ਸੀ ਸਾਡੇ ਕਿਸਾਨ, ਉਧਰੋਂ ਉਧਰੀ ਮਿਲਾ ਕੇ ਅਸੀਂ ਆਪਸ ਵਿੱਚ ਮੇਲ ਕਰਵਾ ਕੇ ਹੁਣ ਅਸੀਂ ਵਾਪਸ ਜਾਵਾਂਗੇ ਤੇ ਕੱਲ ਦੀ ਜਿਹੜੀ ਮੀਟਿੰਗ ਉਹਦੀ ਤਿਆਰੀ ਕਰਾਂਗੇ, ਉਸ ਤੋਂ ਅਗਲੀ ਤਿਆਰੀ ਫਿਰ ਕੀਤੀ ਜਾਊਗੀ। ਇਸ ਰੈਲੀ ਬਾਰੇ ਕਹਿ ਦਈਏ ਕਿ ਹੋਣੀ 29 ਨੂੰ ਸੀਗੀ, ਫਿਰ 30 ਨੂੰ ਵੀ ਹੋਈ ਪੋਸਟਪੋਨ ਹੋਈ, ਮਤਲਬ ਦੋ ਵਾਰੀ ਜਿਹੜਾ ਹੈਗਾ ਪੋਸਟਪੋਨ ਹੋਈ। ਸਰਕਾਰ ਦਾ ਵੀ ਯਾਨੀ ਕਿ ਦਬਾਅ ਸੀਗਾ ਕਿ ਬਈ ਰੈਲੀ ਨਾ ਕੱਢੋ, ਇਦਾਂ ਤਾਂ ਕਰਦੇ ਹੋਣੇ ਬਈ ਰੈਲੀ ਨਾ ਕੱਢੋ ਕਰਦੇ ਹੋਣੇ ਦਾ। ਵੇਖੋ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇ ਪਰ ਲੇਕਿਨ ਅਸੀਂ ਕਿਸੇ ਦਾ ਦਬਾਅ ਨਾ ਅਜੇ ਤੱਕ ਮੰਨਿਆ ਨਾ ਮੰਨਿਆ ਨਾ ਮੰਨਾਂਗੇ। ਇਹ ਜਿਹੜੇ ਅੰਦੋਲਨਕਾਰੀ ਹੁੰਦੇ ਨੇ ਇਹ ਬਹੁਤ ਵੱਡੀ ਗੱਲ ਹੈਗੀ ਆ, ਅੰਦੋਲਨਕਾਰੀ ਨਾ ਕਿਸੇ ਦਾ ਅਜੇ ਤੱਕ ਝੁਕੇ ਨੇ ਤੇ ਨਾ ਝੁਕਣਗੇ। ਇਹਨਾਂ ਨੂੰ ਨਾ ਕਿਸੇ ਗੋਲੀਆਂ ਦਾ ਡਰ ਹੈਗਾ ਨਾ ਹੀ ਇਹਨਾਂ ਨੂੰ ਕਿਸੇ ਲਾਠੀ ਦਾ ਡਰ ਹੈਗਾ। ਅਸੀਂ ਪ੍ਰਣ ਕੀਤਾ ਹੋਇਆ ਕਿ 32 ਦੇ 32 ਜਥੇਬੰਦੀ ਦੇ ਆਗੂ ਔਰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂ ਅਸੀਂ ਪਹਿਲਾਂ ਸਰਕਾਰ ਦੀ ਗੋਲੀ ਖਾਵਾਂਗੇ, ਬਾਅਦ ਚ ਸਾਡੇ ਕਿਸਾਨ ਖਾਣਗੇ। ਕੀ ਬਾਤ ਹੈ, ਬਿਲਕੁਲ ਲਗਾਤਾਰ ਮੋਰਚਾ ਅੱਜ ਕਹਿੰਦੇ ਜਾਰੀ ਹੈਗਾ। ਬਹੁਤ ਬਹੁਤ ਧੰਨਵਾਦ ਕਰਦੇ ਬਲਵੰਤ ਸਿੰਘ ਬੈਰਾਮ ਕੇ ਸਾਡੇ ਨਾਲ ਮੌਜੂਦ ਸੀਗੇ, ਇਹ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ।
मेरा वीर कैमरे नू जिन्ना उपर कर सकता है ना जरूर दिखावे कि काफिला कितने कितने तक जा रहा। और एक बारी ऐ मेरे वीर का ट्रैक्टर बड़ा वड्डा, आ जा मेरा वीर इधर आ जा, चढ़ जा इत्थे जरा, लै रोके ही रोकी जरा मेरा वीर, लै मेरा वीर कैमरा चक ला जरा एक बारी, आ जा आ जा आ जा भाई, तू कैमरा चक ला जरा उपर, कैमरा मैन चढ़ा दे जरा एक बारी, लै फड़ ला फड़ ला फड़ ला फड़ ला फड़ ला, ਸਾਨੂੰ 8 ਦਿਨ ਹੋ ਗਏ ਨੇ। 8 ਦਿਨ ਤੋਂ ਉਸ ਤੋਂ ਪਹਿਲਾਂ
ਉਦੋਂ ਪਹਿਲਾਂ ਘਰਿਆਂ ਦੇ ਇੱਕ ਚੱਕਰ ਪਹਿਲਾਂ ਮਾਰ ਗਿਆ। ਕਿਵੇਂ ਲੱਗੇ ਰੈਲੀ ਦਾ ਕੀ ਹਿਸਾਬ? ਰੈਲੀ ਤਾਂ ਲੱਗਣੀ ਲੱਗਣੀ ਆ, ਉਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿਵੇਂ ਦੀ ਰੈਲੀ ਲੱਗੀ ਹੈ। ਇੰਨੇ ਟੈਕਟ ਕਦੀ ਵੀ ਜ਼ਿੰਦਗੀ 'ਚ ਨਾ ਸਰਕਾਰ ਨੇ ਦੇਖੇ ਹੋਣੇ, ਨਾ ਸਰਕਾਰ ਨੇ ਵੇਖੇ ਹੋਣੇ ਤੇ ਨਾ ਕਿਸੇ ਅੱਜ ਤੱਕ ਕਿਸੇ ਪਬਲਿਕ ਨੇ ਵੇਖਿਆ। ਲਗਭਗ ਕਿੰਨੇ ਟਰੈਕਟਰ ਹੋਣੇ ਤੁਹਾਡੇ ਸਾਹਮਣੇ? 500 ਦੇ ਆਸ ਪਾਸ। 500 ਦੇ ਸਾਹਮਣੇ ਤੇ ਸਵੇਰੇ ਕਿੰਨੇ ਵਜੇ ਸ਼ੁਰੂ ਹੋਈ ਸੀ ਰੈਲੀ? ਸਵੇਰੇ ਕਰੀਬਨ 10 ਸਾਢੇ 10 ਵਜੇ ਆਸ ਪਾਸ। ਹੁਣ ਤਕਰੀਬਨ ਸਾਰੇ ਟਰੈਕਟਰ ਆ ਚੁੱਕੇ ਹੈ, ਹਾਲੇ ਆ ਰਹੇ ਨੇ, ਉਹ ਦੇਖੋ ਤੁਹਾਡੇ ਸਾਹਮਣੇ। ਮੈਂ ਕੈਮਰਾਮੈਨ ਦਿਖਾਵਾ ਚਾਹਾਂਗਾ, ਹਲੇ ਵੀ ਜ਼ੂਮ ਕਰਕੇ ਥੋੜਾ ਜਿਹਾ ਦਿਖਾਇਓ ਉੱਥੇ ਵੀ। 26 ਤਰੀਕ ਦਾ ਕੀ ਹਿਸਾਬ ਕਿਤਾਬ ਹੈ? 26 ਤਰੀਕ ਤੋਂ ਪਹਿਲਾਂ ਅਗਰ ਸਰਕਾਰ ਨਹੀਂ ਮੰਨਦੀ, ਅਗਰ 26 ਤਰੀਕ ਤੋਂ ਪਹਿਲਾਂ ਮੰਨ ਜਾਂਦੀ ਹੈ ਤਾਂ ਠੀਕ ਹੈ, ਅਗਰ ਜੇ 26 ਤਰੀਕ ਤੱਕ ਨਹੀਂ ਮੰਨਦੀ ਤਾਂ ਫਿਰ ਸਾਡੀ ਤਿਰੰਗੇ ਲਾ ਕੇ ਪੂਰੀ ਟਰੈਕਟਰ ਦੀ ਰੈਲੀ, ਪੂਰੀ ਚਾਰ ਮਤਲਬ ਸਾਰੇ ਬਾਰਡਰ ਤੋਂ ਟਰੈਕਟਰ ਸਟਾਰਟ ਹੋ ਗਏ, ਪੂਰੀ ਦਿੱਲੀ ਨੂੰ ਘੇਰਨਾ ਬਾਹਰੋਂ ਪੂਰਾ ਬਾਰਡਰ। ਹਾਂ, ਹਾਲੇ ਤੱਕ ਜਿੰਨੀ ਮੀਟਿੰਗ ਹੋਈ ਹੈ ਕੁਛ ਵੀ ਕੋਈ ਸਲਾਹ ਕੁਛ ਹੋਇਆ ਹੋ ਨਹੀਂ ਪਾਇਆ, ਤਾਂ 8 ਤਰੀਕ ਦਾ ਕੁਛ ਹੈਗਾ ਬਈ? 8 ਤਰੀਕ ਦਾ ਹੁਣ ਕੱਲ੍ਹ ਨੂੰ ਕਹਿ ਰਹੇ ਨੇ ਬਈ 8 ਤਰੀਕ ਹੈ, ਮੈਨੂੰ ਸਾਨੂੰ ਉਮੀਦ ਨਹੀਂ ਹੈ ਮੰਨੇ, ਕਿਉਂਕਿ ਐਵੇਂ ਦਾ ਕੀ ਉਹ ਤਿੰਨਾਂ ਕਾਨੂੰਨਾਂ ਦੇ ਵਿੱਚ ਜਿਹੜਾ ਕੋਈ ਮੰਨ ਕਿਉਂ ਨਹੀਂ ਰਿਹਾ ਹੈ? ਜੇਕਰ 8 ਤੋਂ ਬਾਅਦ ਵੀ ਅੱਗੇ ਕੋਈ ਤਰੀਕ ਮਿਲ ਗਈ ਫਿਰ? ਕੋਈ ਫਿਰ ਕੋਈ ਤਰੀਕ ਨਹੀਂ, ਫਿਰ 26 ਤਰੀਕ ਹੈ ਸਾਡੀ, ਫਿਰ ਕਿਸਾਨਾਂ ਦੀ 26 ਤਰੀਕ ਹੈ। ਤੁਸੀਂ ਦੇਖ ਰਹੇ ਹੋ ਫੇਸਬੁੱਕ 'ਤੇ ਕਿੰਨੇ ਟਰੈਕਟਰ ਨੇ, ਕਿੰਨੇ ਸਾਰੇ